ਵਧਾਈਆਂ ਜੀ ਵਧਾਈਆਂ। ਅਗਲਾ ਪਾਰਟ ਆਪਾਂ ਵੇਖਣਾ ਚੌਥਾ ਚੌਥਾ ਪਾਰਟ ਚੌਥਾ ਪਾਰਟ ਵੇਖਣਾ ਜਿੱਥੋਂ ਮਤਲਬ ਕੁੜੀ ਨੇ ਪਿਓ ਨੂੰ ਰਾਜੀ ਕਰ ਲਿਆ ਸੀ ਕਿ ਮੁੰਡੇ ਨੂੰ ਸੱਦ ਲਓ ਤੇ ਉੱਥੋਂ ਅੱਗੇ ਵੇਖਣੀ ਆਪਾਂ ਹੈ ਨਾ। ਤਾਇਆ ਜੀ ਮੈਂ ਨਾ ਗਗਨ ਦੇ ਵਿਆਹ ਬਾਰੇ ਸੋਚ ਰਿਹਾ ਸੀ। ਬੇਟੇ ਜੀ ਨੇ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਲੈਣਾ ਜਦੋਂ ਉਹਨੇ ਨਹੀਂ ਕੁਛ ਸੋਚਿਆ ਫਿਰ ਤੂੰ ਕੀ ਸੋਚਣਾ। ਨਹੀਂ ਨਹੀਂ ਤਾਇਆ ਜੀ ਮੈਂ ਤੇ ਵਿਆਹ ਦੇ ਸਾਰੇ ਅਰੇਂਜਮੈਂਟ ਵੀ ਕਰੀ ਬੈਠਾ, ਤੁਸੀਂ ਇਕੱਲਾ ਵੈਨਿਊ ਫਾਈਨਲ ਕਰੋ। ਪਹਿਲਾਂ ਮੁੰਡਾ ਤਾਂ ਫਾਈਨਲ ਹੋ ਜਾਵੇ, ਮੈਨੂੰ ਨਹੀਂ ਲੱਗਦਾ ਘਰ 'ਚੋਂ ਕਿਸੇ ਨੂੰ ਪਸੰਦ ਆਊਗਾ। ਨਾ ਕੀ ਕਹਿੰਦਾ ਵੇ ਮਾਤਾ, ਗਗਨ ਨੇ ਕੁਛ ਸੋਚ ਕੇ ਹੀ ਫੈਸਲਾ ਲਿਆ ਹੋ। ਓਏ ਡਿਸਕਵਰੀ ਚੈਨਲ 24 ਘੰਟੇ ਫਿਲਮਾਂ ਬਣਾਉਂਦਾ ਰਹਿਣਾ, ਇਹ ਘਰ ਆ ਕੋਈ ਚਿੜੀਆ ਘਰ ਨਹੀਂ। ਡੈਡੀ ਕਿੱਥੇ ਤੇਰਾ? ਲੈ ਬ੍ਰਦਰ ਮੈਂ ਘਰੇ ਆ ਕੇ ਬੀਮਾ ਕਰਕੇ ਜਾਵਾਂਗਾ। ਤੁਸੀਂ ਹਰ ਵੇਲੇ ਬੀਮਾ ਕਰਾਉਣ 'ਚ ਲੱਗੇ ਰਹਿੰਦੇ ਹੋ, ਨਾ ਤੁਹਾਡੇ ਕੋਲੋਂ ਕਰਾਉਂਦਾ ਕੋਈ ਬੀਮਾ। ਚਲੋ ਛੱਡੋ ਹੁਣ ਫੋਨ ਨੂੰ, ਗਗਨ ਆਉਂਦੀ ਹੋਊਗੀ ਮੁੰਡੇ ਨਾਲ। ਬੇਇੱਜ਼ਤੀ ਸਿਰਫ ਬੈੱਡਰੂਮ 'ਚ। ਮਨਪ੍ਰੀਤ ਉਹ ਕਿੱਥੇ ਮਰ ਗਈ? ਹਾਂਜੀ ਉਹ ਮੇਰਾ ਕਾਲਾ ਕੋਟ ਕਿੱਥੇ ਹੈ? ਅੱਜ ਤਾਂ ਰਹਿਣ ਦਿਓ ਆਪਣੀਆਂ ਵਕੀਲਾਂ ਵਾਲੀ ਯੂਨੀਫਾਰਮ ਪਾਉਣ ਨੂੰ, ਕੋਈ ਢੰਗ ਦੇ ਕੱਪੜੇ ਪਾ ਲਓ, ਅਸੀਂ ਮੁੰਡੇ ਨੂੰ ਮਿਲਣਾ, ਕਿਸੇ ਮੁਜਰਮ ਨੂੰ ਨਹੀਂ। ਕਾਕਾ ਜੀ ਸਾਡੇ ਸੰਗਣ ਸੰਗਾਉਣ ਤੇ ਮੰਗਣ ਮੰਗਾਉਣ ਦਾ ਕੋਈ ਰਿਵਾਜ ਨਹੀਂ। ਆਜੋ ਲੰਘਿਆ ਆਜੋ ਇੱਧਰ ਆਜੋ। ਉਮਰ ਦੱਸਦੀ ਫਿਰ ਹੋਰ ਕੁਛ ਤਾਂ ਪੁੱਛਣੇ ਨੀ ਤੁਸੀਂ? ਨਾ ਧੁੱਕਾ ਨੀ ਲਾਉਣਾ ਬੇਟਾ, ਜੇ ਨਹੀਂ ਪਤਾ ਤਾਂ ਕਰੇ ਮੰਮੀ ਨੂੰ ਫੋਨ ਕਰਕੇ ਪੁੱਛ। ਉਮਰ 30+ ਹੈ ਜੀ। 30+ ਤਾਂ ਮੈਂ ਵੀ ਹਾਂ, 30+30। ਤੂੰ 30 ਚ ਕਿੰਨਾ ਕੁ ਪਲੱਸ ਆ ਇਹ ਦੱਸ। 35 ਸਾਲ ਜੀ। 35 ਸਾਲ ਉਮਰ ਦਾ ਕੀ ਹੈ, ਇੰਨਾ ਕੁ ਤਾਂ ਚੱਲ ਜਾਂਦਾ। ਮੈਂ ਤੁਹਾਡੇ ਦਾਦਾ ਜੀ ਤੋਂ 12 ਸਾਲ ਛੋਟੀ ਸੀ। ਫਿਰ ਤਾਂ ਦਾਦੇ ਨੇ ਗੋਦ ਹੀ ਲਈ ਹੋਣੀ ਹੈ। ਤੁਸੀਂ ਦਾਰੂ ਪੀ ਲੈਂਦੇ ਹੋ? ਪੁੱਛ ਰਹੇ ਹੋ ਜਾਂ ਆਫਰ ਕਰ ਰਹੇ ਹੋ? ਪੁੱਛ ਰਿਹਾ ਜੀ। ਨਹੀਂ ਜੀ ਫਿਰ ਤਾਂ ਮੈਂ ਨਹੀਂ ਪੀਂਦਾ। ਤੇ ਜੇ ਆਫਰ ਕੀਤੀ ਹੁੰਦੀ ਫਿਰ ਪੀ ਲੈਣੀ ਸੀ? ਫਿਰ ਮੈਂ ਇਸ ਰਿਸ਼ਤੇ ਨੂੰ ਕੋਰੀ ਨਾ ਕਰ ਦੇਣੀ ਸੀ, ਕਿਉਂਕਿ ਜਿਹੜੇ ਘਰੇ ਸ਼ਰਾਬ ਦੀ ਗੱਲ ਚੱਲਦੀ ਹੈ ਅਸੀਂ ਉੱਥੇ ਪੈਰ ਵੀ ਨਹੀਂ ਪਾਉਂਦੇ। ਇਹੋ ਜਿਹਾ ਪਰਿਵਾਰ ਹੈ ਸਾਡਾ। ਸਦਕੇ ਜਾਵਾਂ, ਜਦੋਂ ਦਾ ਆਇਆ ਮੁੰਡਾ ਹੁਣ ਮਾੜਾ ਜਿਹਾ ਚੰਗਾ ਲੱਗਿਆ। ਕਾਕਾ ਜੀ ਥੋੜ੍ਹਾ ਪੜ੍ਹਾਈ ਲਿਖਾਈ ਬਾਰੇ ਦੱਸੋ। ਪੜ੍ਹਾਈ ਲਿਖਾਈ ਬਹੁਤ ਵਧੀਆ ਚੀਜ਼ ਹੈ ਜੀ, ਸਭ ਨੂੰ ਕਰਨੀ ਚਾਹੀਦੀ ਹੈ। ਪੜ੍ਹਾਈ ਲਿਖਾਈ ਬਿਨਾਂ ਬੰਦਾ ਕੀ ਹੈ ਜੀ? ਕੁਛ ਵੀ ਨਹੀਂ, ਕਾਲਾ ਅੱਖਰ ਮੱਝ ਬਰਾਬਰ ਜੀ। ਮੈਂ ਤੇਰੀ ਸਲਾਹ ਨਹੀਂ ਪੁੱਛੀ, ਮੈਂ ਇਹ ਪੁੱਛਿਆ ਕਿੰਨਾ ਕੁ ਪੜ੍ਹੇ ਹੋਏ ਹੋ। ਹੁਣ ਮੈਂ ਤੁਹਾਡੇ ਸਾਰੇ ਸਾਹਮਣੇ ਝੂਠ ਤਾਂ ਬੋਲ ਨਹੀਂ ਸਕਦਾ ਜੀ, ਇੰਨਾ ਪੜ੍ਹਿਆ ਲਿਖਿਆ ਜੀ, ਸਾਰਾ ਹਿਸਾਬ ਕਿਤਾਬ ਆਪ ਕਰ ਲੈਂਦਾ ਜੀ। ਨਾ ਹਿਸਾਬ ਕਿਤਾਬ ਕਰਨ ਨੂੰ ਅਕਾਊਂਟੈਂਟ ਲੱਗਿਆ ਹੋਇਆ, ਕੰਮ ਕੀ ਕਰਦੇ ਹੋ? ਮੈਂ ਜੀ ਅੰਕਲ ਖੇਤੀਬਾੜੀ ਕਰਦਾ ਜੀ। ਖੇਤੀਬਾੜੀ ਕਰਦੇ ਹੋ, ਬਹੁਤ ਅੱਛੀ ਗੱਲ ਹੈ, ਪਰ ਕੰਮ ਕੀ ਕਰਦੇ ਹੋ? ਅੰਕਲ ਖੇਤੀਬਾੜੀ ਵੀ ਤਾਂ ਕੰਮ ਹੀ ਹੈ ਜੀ। ਮੈਂ ਸੋਚਿਆ ਸੀ ਮੇਰਾ ਜਵਾਈ ਜਾਂ ਇੰਜੀਨੀਅਰ ਹੋਊਗਾ ਜਾਂ ਡਾਕਟਰ ਹੋਊਗਾ। ਅੰਕਲ ਹੁਣ ਕਿਸੇ ਦੀ ਸੋਚ ਨੂੰ ਆਪਾਂ ਰੋਕ ਥੋੜ੍ਹੀ ਸਕਦੇ ਹਾਂ, ਮੇਰਾ ਮਤਲਬ ਖੇਤੀਬਾੜੀ 'ਚ ਵੀ ਡਾਕਟਰ ਹੁੰਦੇ ਨੇ ਜੀ। ਮੈਂ ਅਸਲੀ ਡਾਕਟਰਸ ਦੀ ਗੱਲ ਕਰ ਰਿਹਾ, ਫਸਲੀ ਦੀ ਨਹੀਂ। ਨਾਲੇ ਅੱਜ ਕੱਲ੍ਹ ਖੇਤੀ 'ਚ ਕਮਾਈਆਂ ਰਹੀਆਂ ਕਿੱਥੇ ਨੇ? ਅੰਕਲ ਖੇਤੀਬਾੜੀ ਨਾਲ ਸਾਡੀਆਂ ਜੇਬਾਂ ਤਾਂ ਨਹੀਂ ਭਰਦੀਆਂ, ਪਰ ਲੋਕਾਂ ਦੇ ਢਿੱਡ ਜ਼ਰੂਰ ਭਰਦੇ ਨੇ। ਆਰਤੀ ਦਾ ਹਿਸਾਬ ਕਿਤਾਬ ਮੈਂ ਕਰ ਲੈਂਦਾ ਅਤੇ ਘਰ ਦਾ ਹਿਸਾਬ ਗਗਨ ਕਰ ਲਿਆ ਕਰੂਗੀ। ਇੱਕ ਵਾਰੀ ਭਾਅ ਜੀ ਫੇਰ ਬੋਲਿਓ, ਮੈਂ ਰਿਕਾਰਡ ਕਰ ਲਾਂ। ਤੂੰ ਬੰਦ ਕਰ ਆਪਣਾ ਚੈਨਲ। ਦੇਖੋ ਜੀ ਮੈਂ ਜੋ ਪੁੱਛਣਾ ਸੀ ਪੁੱਛ ਲਿਆ, ਮੈਨੂੰ ਤਾਂ ਬਿਲਕੁਲ ਤਸੱਲੀ ਨਹੀਂ ਹੋਈ। ਜੇ ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਲਓ। ਮੈਂ ਕਾਕਾ ਜੀ ਬੀਮਾ ਹੋਇਆ ਤੁਹਾਡਾ? ਪਰ ਮੈਨੂੰ ਤਾਂ ਕਬਜ਼ ਹੈ ਨਹੀਂ ਜੀ। ਮੈਂ ਅਨੀਮੇ ਦੀ ਗੱਲ ਨਹੀਂ ਕਰ ਰਿਹਾ, ਬੀਮੇ ਦੀ ਗੱਲ ਕਰ ਰਿਹਾ। ਪੌਲੀ ਹੁਣ ਤੂੰ ਫੇਰ ਲੱਗ ਗਿਆ ਪਾਲਸੀਆਂ ਵੇਚਣ। ਕਾਕਾ ਵਿਆਹ ਤੋਂ ਬਾਅਦ ਮੁੰਡੇ ਦਾ ਪਹਿਲਾ ਫਰਜ਼ ਕੀ ਬਣਦਾ? ਪਹਿਲਾ ਫਰਜ਼ ਤਾਂ ਇਹ ਹੁੰਦਾ ਵੀ ਗੁਰਦੁਆਰਾ ਸਾਹਿਬ ਦੇ ਬੇਲ ਵਾਲੇ ਸਾਰੇ ਭਾਂਡੇ ਪੂਰੇ ਕਰੀਏ, ਇੱਕ ਵੀ ਭਾਂਡਾ ਘਰੇ ਨਹੀਂ ਰਹਿਣਾ ਚਾਹੀਦਾ। ਬੇਇੱਜ਼ਤੀ ਬਹੁਤ ਹੁੰਦੀ ਹੈ ਨਾ ਜੀ, ਕਿਉਂਕਿ ਉੱਤੇ ਲਿਖਿਆ ਹੁੰਦਾ ਸੇਵਾ ਕਰਾਈ ਫਲਾਣਾ ਸਿੰਘ, ਸਾਨੂੰ ਸਰਦਾਰ ਫਲਾਣਾ ਸਿੰਘ। ਮਜ਼ਾਕ ਕਰ ਰਿਹਾ ਸੀਗਾ ਜੀ, ਅਸਲੀ ਫਰਜ਼ ਤਾਂ ਇਹ ਹੁੰਦਾ ਵੀ ਘਰ ਵਾਲੀ ਦੇ ਸਾਰੀ ਉਮਰ ਚਾਅ ਪੂਰੇ ਕਰੇ। ਇੱਕ ਮਿੰਟ ਕਾਕਾ ਜੀ, ਚਾਹ ਤਾਂ ਤੁਸੀਂ ਮੂੰਹ ਜਵਾਨੇ ਪੂਰੇ ਕਰ ਲਏ,
ਹੁਣ ਆਏ ਦੱਸੋ ਵੀ ਗਾਹਾਂ ਦਾ ਕੀ ਪਲਾਨ ਹੈ? ਜੇ ਤਾਂ ਤੁਸੀਂ ਹਾਂ ਕਰਤੀ ਫਿਰ ਤਾਂ ਘਰੇ ਵੱਡਾ ਸਾਰਾ ਡੱਬਾ ਲੈ ਜੂੰਗਾ ਜੀ, ਨਹੀਂ ਤਾਂ ਫਿਰ ਨਿੱਕਾ ਜਿਹਾ ਮੂੰਹ ਲੈ ਜੂੰਗਾ ਜੀ। ਸਤਨਾਮ ਬਈ, ਮੈਨੂੰ ਤਾਂ ਮੁੰਡਾ ਪਸੰਦ ਹੈ। ਲੈ ਬਈ, ਮੁੰਡਾ ਤਾਂ ਸਾਨੂੰ ਵੀ ਪਸੰਦ ਹੈ। ਠੀਕ ਹੈ ਮਾਤਾ, ਤੇਰਾ ਕਿਹਾ ਸਿਰ ਬੱਥੇ। ਕਾਕਾ, ਤੁਸੀਂ ਕੱਲ੍ਹ ਨੂੰ ਆਪਣੇ ਪੇਰੈਂਟਸ ਲੈ ਕੇ ਆਇਓ, ਵਿਆਹ ਦੀ ਗੱਲ ਅਸੀਂ ਉਹਨਾਂ ਨਾਲ ਕਰਾਂਗੇ। ਥੈਂਕ ਯੂ ਡੈਡੀ। ਨਾ, ਡੈਡੀ ਗੱਲ ਪੱਕੀ ਹੋਣ ਤੋਂ ਬਾਅਦ। ਚਲੋ ਠੀਕ ਅੰਕਲ। ਚਾਹ ਚੁ ਧਰ ਲਓ ਮੁੰਡੇ ਵਾਸਤੇ। ਚਾਹ ਦੀ ਕੀ ਲੋੜ ਆ, ਥੋੜਾ ਚਾਹ ਚੜਿਆ ਸਾਰਿਆਂ ਨੂੰ। ਕੱਪੜੇ ਨਵੇਂ ਸਵਾਲੋ, ਕੱਪੜੇ ਨਵੇਂ ਸਵਾਲੋ। ਹੁਣ ਵਧਾਈਆਂ ਜੀ, ਵਧਾਈਆਂ। ਡੈਡੀ, ਤੁਹਾਡਾ ਮੁੰਡਾ ਘੋੜੀ ਚੜ ਲੱਗਿਆ। ਘੋੜੀ ਮੰਨ ਗਈ ਹੈ? ਓ ਡੈਡੀ, ਮਜ਼ਾਕ ਨਾ ਕਰੋ, ਮੈਂ ਮੇਰਾ ਰਿਸ਼ਤਾ ਪੱਕਾ ਕਰਕੇ ਆਇਆ। ਹੁਣ ਲਾ ਲਿਓ ਜਿਹੜੇ ਚੌਲ ਉਹਨੇ। ਚਾਹ ਤਾਂ ਬਾਅਦ ਚ ਲਾਊਂਗਾ, ਪਹਿਲਾਂ ਮੈਂ ਜੁੱਤੀ ਲਾਵਾਂ। ਉਹ ਤੂੰ ਪਿਓ ਤੋਂ ਬਿਨਾਂ ਰਿਸ਼ਤਾ ਕਿਵੇਂ ਪੱਕਾ ਕਰਾਇਆ? ਉਹ ਜੇ ਪਿਓ ਨਾਲ ਜਾਂਦਾ ਰਿਸ਼ਤੇ ਦਾ ਪਤਾ ਨੀ, ਪਰ ਬੇਇੱਜ਼ਤੀ ਪੱਕਾ ਹੋਣੀ ਸੀ। ਮੈਨੂੰ ਤਾਂ ਹੁਣ ਵੀ ਡਰ ਹੈ ਕਿਤੇ ਤੁਹਾਨੂੰ ਦੋਵਾਂ ਨੂੰ ਮਿਲ ਕੇ ਕੁੜੀ ਵਾਲੇ ਮੁੱਕਰੀ ਨਾ ਜਾਣ। ਮੈਂ ਸੱਚੀ ਪੁੱਤ ਮੰਨ ਗਿਆ ਕੁੜੀ ਵਾਲੇ। ਨੀ ਮਰ ਜਾ, ਲੈ ਮੇਰੇ ਸਾਹਮਣੇ ਆ ਮੇਰਾ ਪੁੱਤ। ਹੈ, ਲੈ ਤੈਨੂੰ ਗੌਰ ਨਾਲ ਦੇਖਾਂ ਪਹਿਲਾਂ ਮੈਂ। ਮੰਮੀ ਕੀ ਦੇਖੀ ਜਾਂਦੀ ਹੈ? ਮੈਂ ਪੁੱਤ, ਮੈਂ ਤਾਂ ਇਹ ਦੇਖਦੀ ਹਾਂ ਵੀ ਕੁੜੀ ਵਾਲੇ ਨੇ ਤੇਰੇ 'ਚ ਇਹੋ ਜਿਹਾ ਕੀ ਦੇਖਿਆ ਜਿਹੜਾ 35 ਸਾਲਾਂ 'ਚ ਸਾਨੂੰ ਨਹੀਂ ਦਿਖਿਆ। ਮੇਰਾ ਤਾਂ ਜੀ ਕਰਦਾ ਤੁਹਾਨੂੰ ਦੋਨਾਂ ਨੂੰ ਛੱਡ ਕੇ ਨਾ ਬਾਕੀ ਸਾਰੇ ਪਿੰਡ ਨੂੰ ਬਰਾਤ ਲੈ ਜਾ। ਉਹ ਮੈਨੂੰ ਤਾਂ ਐਂ ਸੀ ਤੁਹਾਨੂੰ ਮੇਰੇ 'ਤੇ ਮਾਣ ਹੋਊ। ਮਾਣ ਸਵਾਹ, ਤੁਹਾਨੂੰ ਤਾਂ ਮੇਰੇ 'ਤੇ ਯਕੀਨ ਵੀ ਨਹੀਂ। ਇਹੋ ਜਿਹੀ ਕੁੜੀ ਪੂਰੇ ਹਿੰਦੁਸਤਾਨ 'ਚ ਲੱਭਣੀ, ਦਾਵਾ ਮੇਰਾ ਇਹ। ਪੱਕਾ ਕੁੜੀ ਨੇਪਾਲਣ ਹੋਣੀ। ਉਹ ਕੁੜੀ ਦਾ ਖਾਨਦਾਨ ਕਿਹਾ ਜਾਏ, ਇਹ ਪੁੱਛਦਾ ਹੈ ਮੈਂ। ਆਪਣੇ ਖਾਨਦਾਨ ਨਾਲੋਂ ਬਹੁਤ ਚੰਗਾ ਹੀ ਹੋਊ। ਕੱਲ ਨੂੰ 12 ਵਜੇ ਜਾ ਕੇ ਨਾਲੇ ਤਾਂ ਖਾਨਦਾਨ ਦੇਖ ਲਿਓ, ਨਾਲੇ ਵਿਆਹ ਦੀ ਤਰੀਕ ਕਿਹੜਾ ਆਇਆ ਹੋ। ਪਹਿਲਾਂ ਤਾਂ ਮੈਂ ਇਸ਼ਤਿਹਾਰ ਕਢਾਵਾਂਗਾ ਅਖਬਾਰ 'ਚ ਤੈਨੂੰ ਬੇਦਖਲ ਕਰਨ ਦਾ। ਤੇਰੇ 'ਚ ਉਹਨਾਂ ਨੂੰ ਕੀ ਪਸੰਦ ਆ ਗਿਆ? ਓਏ ਪੱਕਾ ਉਹਨਾਂ ਦੀ ਅੱਖ ਸਾਡੀ ਜ਼ਮੀਨ ਤੇ ਹੋਣੀ ਹੈ। ਸਾਡੀ ਜ਼ਮੀਨ ਤੇ ਤਾਂ ਫਸਲ ਚੱਜ ਨਾਲ ਨਹੀਂ ਹੁੰਦੀ, ਅੱਖ ਕਿਸੇ ਦੀ ਸਵਾਹ ਹੋਣੀ ਹੈ। ਕਣਕ ਵੀ ਉੱਗਣ ਲੱਗੇ ਸੋਚਦੀ ਹੈ। ਕਹਿੰਦੀ ਬਲਵੰਤ ਸਿੰਘ ਦੇ ਹੁਣੇ ਛੱਡੋ ਭਰਾ, ਗਵਾਂਢੀਆਂ ਦੀ ਹੋ ਜਾਂਦੀ ਆ। ਫਿਰ ਤੂੰ ਕਿਉਂ ਸਾਡੇ ਹੋ ਗਿਆ? ਤੂੰ ਵੀ ਗਵਾਂਢੀਆਂ ਦੇ ਹੋ ਜਾਂਦਾ। ਮਾੜੇ ਕਰ ਮੇਰੇ, ਵੈਸੇ ਬੜਾ ਫਰਕ ਨਹੀਂ ਸੀ, ਵਿਚਾਲੇ ਕੰਧ ਦਾ ਹੀ ਫਰਕ ਹੈ। ਉਹ ਸ਼ੁਕਰ ਹੁੰਦਾ ਰੱਬ ਦਾ ਜੇ ਮੈਂ ਗਵਾਂਢੀਆਂ ਦੇ ਪੈਦਾ ਹੁੰਦਾ। ਘੱਟੋ ਘੱਟ ਹੁਣ ਨੂੰ ਵਿਆਹ ਤਾਂ ਹੁੰਦਾ ਬਲਵੰਤ ਸਿੰਘ। ਸੌਰੀ। ਓਹੋ, ਵੇ ਤੁਸੀਂ ਕਾਹਤੋਂ ਵੈਸੀ ਜਾਂਦੇ ਹੋ? ਜੇ ਕੁੜੀ ਚੌਂਕਾ ਚੁੱਲ੍ਹਾ ਸਾਂਭਣ ਵਾਲੀ ਆ ਤਾਂ ਕਰ ਦਿੰਦੇ ਆ ਵਿਆਹ। ਰਾਣੀ ਜੀ, ਜੇ ਚੁੱਲ੍ਹਾ ਚੌਂਕਾ ਸਾਂਭਦੇ ਸਾਂਭਦੇ ਉਹਨੇ ਘਰ ਵੀ ਸਾਂਭ ਲਿਆ, ਫਿਰ ਸਾਨੂੰ ਕੌਣ ਸਾਂਭੂ? ਉਹ ਡੈਡੀ, ਗਗਨ ਏਦਾਂ ਦੀ ਕੁੜੀ ਨਹੀਂ ਹੈਗੀ, ਬਹੁਤ ਜ਼ਿੰਮੇਵਾਰ ਕੁੜੀ ਹੈ ਔਰ ਵੱਡਿਆਂ ਦਾ ਸਤਿਕਾਰ ਕਰਨ ਵਾਲੀ ਹੈ। ਚੱਲ ਬਸ, ਹੋ ਗਈ ਗੱਲ, ਕੱਲ ਕੁੜੀ ਵਾਲਿਆਂ ਦੇ ਘਰੇ ਜਾਂਦੇ ਆ, ਚੰਗਾ ਜਿਹਾ ਦਿਨ ਦੇਖ ਕੇ ਆਪਾਂ ਵਿਆਹ ਰੱਖ ਲੈਂਦੇ। ਹਾਂ, ਵਿਆਹ ਦਾ ਦਿਨ ਵੀ ਕਦੇ ਚੰਗਾ ਹੋਇਆ? ਵਿਆਹ ਤਾਂ ਮਾੜੇ ਟਾਈਮ ਦੀ ਪਹਿਲੀ ਪੌੜੀ ਹੁੰਦੀ ਹੈ। ਜਵਾ ਸਹੀ ਕਹਿੰਦਾ ਤੂੰ, ਬੇ ਮੇਰੇ ਤਾਂ ਮਾੜੇ ਦਿਨ ਉਦਾਂ ਹੀ ਸ਼ੁਰੂ ਹੋ ਗਏ ਸੀ ਜਿੱਦੇ ਤੇਰੇ ਵਰਗੇ ਬਿਨਾਂ ਸੈੱਲਾਂ ਵਾਲੇ ਟਾਈਮ ਪੀਸ ਨਾਲ ਵਿਆਹ ਹੀ ਗਈ। ਡੈਡੀ, ਵੈਸੇ ਟਾਈਮ ਕਿੰਨਾ ਹੋ ਗਿਆ? ਤੇਰੇ ਚੁਪੜਾ ਖਾਣ ਦਾ ਟਾਈਮ ਹੋ ਗਿਆ। ਵੈਸੇ ਇੱਕ ਗੱਲ ਤੁਹਾਨੂੰ ਕੰਨ ਖੋਲ ਕੇ ਸੁਣ ਲਓ, ਜਿੰਨਾ ਚਿਰ ਮੇਰਾ ਵਿਆਹ ਨਹੀਂ ਹੁੰਦਾ ਆਪਾਂ ਦਾਰੂ ਦੀ ਸੌ ਪਾ ਦੇਣੀ ਆ। ਵੀ ਆਪਾਂ ਕੋਈ ਨਾਗਾ ਨੀ ਪੈਣ ਦੇਣਾ ਮੇਰੇ ਵਿਆਹ ਤਾਈ। ਨਾਗਾ ਦੇ ਸਹੁਰੇ ਜੀ ਕਦੀ ਕਿਸੇ ਦੇ ਮਰੇ ਤੇ ਨੀ ਪੈਣ ਦਿੱਤਾ, ਹੁਣ ਤਾਂ ਤੇਰੇ ਵਿਆਹ ਦਾ ਮਾਮਲਾ। ਉਹ ਪਤਾ ਕੀ ਚੱਕਰ ਆ, ਤੁਹਾਡੀ ਭਾਬੀ ਗਗਨ ਨੂੰ ਆਹ ਦਾਰੂ ਆਪਾਂ ਬਾਹਲਾ ਪਸੰਦ ਨਹੀਂ ਹੈਗਾ। ਹੋ ਸਕਦਾ ਉਦੋਂ ਬਾਅਦ ਆਪਾਂ ਸਾਰਿਆਂ ਨੂੰ ਬੰਦ ਕਰਨੀ ਪੈ ਜਾਏ ਦਾਰੂ, ਉਦੋਂ ਤੱਕ ਕੰਮ ਖਿੱਚ ਕੇ ਰੱਖੋ ਬਸ ਦਾਰੂ ਵਾਲਾ। ਆਪਾਂ ਦਾ ਭਰਾਵੋ ਬੋਟੀਏ ਖਾਣ ਪੀਣ ਵਾਲੀ ਲੈ ਕੇ ਆਉਣੀ ਹੈ, ਜਿਹੜੀ ਸ਼ਾਮ ਨੂੰ ਆਪਣੇ ਪੱਲਿਓ ਬੋਤਲ ਮੰਗਾਈ ਰੱਖੇ। ਲਈ ਵੈਸੇ ਆਪਣੀ ਕੋਈ ਸ਼ਰਤ ਨਹੀਂ ਹੈ, ਅਸੀਂ ਤਾਂ ਘਰ ਹੀ ਵਸਾਉਣਾ। ਮੈਨੂੰ ਤਾਂ ਭਾਵੇਂ ਕੋਈ ਬੁਢਾਪਾ ਪੈਨਸ਼ਨ ਲੈਂਦੀ ਬੁੜੀ ਮਿਲ ਜੇ, ਆਪਾਂ ਵਿਆਹ ਲੈਣੀ ਹੈ। ਪਰ ਇੱਕ ਗੱਲ ਸੁਣੋ ਦੋਨੇ ਜਣੇ, ਜੇ ਤੁਹਾਡਾ ਵਿਆਹ ਹੁੰਦਾ 50-70 ਸਾਲਾਂ 'ਚ ਕਰਾ ਲਓ, ਨਹੀਂ ਤਾਂ ਘਰਦਿਆਂ ਨੇ ਕਿਰਪਾਨ ਦੀ ਤਾਂ ਮੈਂ ਪਤੰਦਰੋਂ ਤੁਹਾਨੂੰ ਖੁੰਡੀ ਫੜਾ ਦੇਣੀ। ਸਾਰਾ ਹੋਇਆ ਖੁੰਡੀ ਦਾ, ਫੜਾ ਜਾ ਖੁੰਡੀ ਹੋਏ। ਓਏ ਤੂੰ ਸੌਂ ਕਿਉਂ ਗਿਆ? ਮੈਂ ਤਾਂ ਤੇਰੇ ਵਿਆਹ ਦੀ ਖੁਸ਼ੀ 'ਚ ਬੋਲੀਆਂ ਪਾਉਣੀਆਂ ਸੀ। ਚਲੋ ਜੀ, ਇਹਨਾਂ ਦੀ ਵੀ ਹੋ ਗਈ ਸਮਾਪਤੀ, ਫਿਰ ਹੁਣ ਭੌਰ ਇਕੱਲੇ ਕੀ ਕਰਦੇ ਆ? ਆਪਾਂ ਵੀ ਦੁਕਾਨਦਾਰੀ ਵਧਾ ਦਿੰਦੇ ਹਾਂ ਫਿਰ।
ਉਠੋਏ ਕੁੜੀ ਵਾਲਿਆਂ ਦੇ ਨਹੀਂ ਜਾਣਾ ਇਹਦੇ ਥੱਲੋਂ ਮੰਜਾ ਕੌਣ ਕੱਢ ਕੇ ਲੈ ਗਿਆ ਮਿਰਜ਼ਾ ਸਾਲਾ ਪੱਟ ਦਾ ਸਿਰਹਾਣਾ ਲਾ ਕੇ ਸੁੱਤਾ ਸੀ ਇਹ ਵੱਟ ਦਾ ਸਿਰਹਾਣਾ ਲਾ ਕੇ ਸੌਂ ਗਿਆ ਓਏ ਉੱਠ ਉਹ ਦਿਨ ਤਾਂ ਚੜ ਲੈਣ ਦੋ ਯਾਰ ਕਿਉਂ ਅੱਧੀ ਰਾਤ ਨੂੰ ਤੰਗ ਕੀਤਾ ਰੈਪਟਾ ਛੱਡਾਂ ਤੇਰੇ ਕੰਨ ਤੇ ਮੈਂ ਇੱਕ ਹੋਰ ਦਿਨ ਕਦੋਂ ਚੜਨਾ ਓਏ ਹੁਣ ਤੈਨੂੰ ਟਾਰਚ ਲੈ ਕੇ ਸੂਰਜ ਦਿਖਾਵਾਂ ਉਹ ਮਜ਼ਾਕ ਨਾ ਕਰੋ ਯਾਰ ਪਹਿਲਾਂ ਹੀ ਮੈਨੂੰ ਮੇਰੇ ਵਿਆਹ ਦੇ ਚੌਚ ਰਾਤ ਲੰਮੀ ਲੱਗ ਰਹੀ ਹੈ ਚੱਲ ਭਰਾਵਾ ਸੌ ਜਾ ਚੱਲ ਤੂੰ ਵੀ ਸੌ ਜਾ ਪਤਾ ਨਹੀਂ ਦਿਨ ਕਦੋਂ ਚੜੂਗਾ ਯਾਰ ਓਏ ਹੁਣ ਕੈਨੇਡਾ 'ਚ ਦਿਨ ਚੜਾ ਕੇ ਉੱਠੇਗਾ ਇੰਡੀਆ 'ਚ ਤਾਂ 8 ਵਜੇ ਪਏ ਨੇ ਯਾਰ ਉਹ ਧੁੱਪ ਤਾਂ ਮੈਨੂੰ ਵੀ ਲੱਗ ਰਹੀ ਹੈ ਹੈਗੀ ਰਾਤ ਹੀ ਹੈ ਸੁੱਖੀ ਲਾਈਟ ਮਾਰੀ ਯਾਰ ਮੈਨੂੰ ਮੇਰਾ ਮੋਬਾਈਲ ਨਹੀਂ ਦਿਖ ਰਿਹਾ ਸੁੱਖੀ ਮੇਰਾ ਮੋਬਾਈਲ ਕਿੱਥੇ ਯਾਰ ਓਏ ਕੀ ਕਹਿ ਰਿਹਾ ਸੱਚੀ ਕਹਿਣਾ ਯਾਰ ਮੈਨੂੰ ਸੁੱਕੀ ਕੁਛ ਨਹੀਂ ਦਿਖ ਰਿਹਾ ਉਹ ਕੀ ਕਹਿ ਰਿਹਾ ਤੂੰ ਉਹ ਸੁੱਕੀ ਨੂੰ ਦੱਸ ਮੈਂ ਕੀ ਕਹਿ ਰਿਹਾ ਹੁਣ ਮੈਂ ਇਕੱਲੇ ਇਕੱਲੇ ਨੂੰ ਦੱਸਾਂ ਮੈਨੂੰ ਨਹੀਂ ਦਿਖਦਾ ਯਾਰ ਕੋਈ ਟੂਣਾ ਟਾਣਾ ਤਾਂ ਨਹੀਂ ਟੱਪ ਗਿਆ ਇਹ ਰਾਤੋ ਰਾਤ ਕਿੱਥੇ ਭੱਗ ਗਈਆਂ ਤੇਰੀਆਂ ਅੱਖਾਂ ਬੈਡ ਲੱਭ ਲੋ ਕਿੱਥੇ ਗਈਆਂ ਨੇ ਉਹ ਮੈਨੂੰ ਨਹੀਂ ਦਿਖਦਾ ਯਾਰ ਓਏ ਤੇਰੇ ਅੱਗੇ ਹੱਥ ਜੋੜੇ ਅਕਲ ਦਾ ਤੇ ਪਹਿਲਾਂ ਹੀ ਇੰਨਾ ਸੀ ਸੱਚੀ ਤੇ ਨਹੀਂ ਇੰਨਾ ਹੋ ਗਿਆ ਉਹ ਮੈਨੂੰ ਦੇਖਦਾ ਨਹੀਂ ਸੁੱਕੀ ਯਾਰ ਮੈਨੂੰ ਨਹੀਂ ਪਤਾ ਲੱਗਦਾ ਕੁਝ ਵੀ ਕੁਝ ਨਹੀਂ ਦਿਖਦਾ ਮੈਨੂੰ ਯਾਰ ਉਹ ਹਰੀ ਨਾ ਕਰ ਯਾਰ ਉਹ ਸੁੱਕੀ ਰਹਿਣ ਦੇ ਮੈਨੂੰ ਨਹੀਂ ਦਿਖਦਾ ਯਾਰ ਓ ਯਾਰ ਹੁਣ ਪ੍ਰਗਟ ਕਿਉਂ ਐ ਕਰੀ ਜਾਂਦਾ ਅੱਛਾ 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 ਦੱਸ ਇਹ ਆ ਕੀ ਐ ਨੇਰਾ ਆ ਕੀ ਆ ਜਾਦੇ ਨੇਰਾ ਓ ਯਾਰ ਨਹੀਂ ਦਿਖਦਾ ਪ੍ਰਗਟ ਕਿਉਂ ਘਬਰਾਟ ਪਈ ਜਾਂਦਾ ਲਓ ਜੀ ਕੀ ਹੋ ਗਿਆ ਹੋ ਗਿਆ ਅੱਖਾਂ 6 ਵਜੇ ਸਿਰ 'ਚ ਤੇ ਅੱਖਾਂ ਗਈਆਂ ਟੋਰ ਟਵਿਸਟ ਆ ਗਿਆ ਕਹਾਣੀ 'ਚ ਤੇ ਉੱਤੋਂ ਜਾਣਾ ਕੁੜੀ ਵਾਲਿਆਂ ਦੇ ਘਰ ਹੈ ਓਏ ਹੋਏ ਇੱਕ ਰਿਸ਼ਤਾ ਬੜਾ ਔਖਾ ਹੋਇਆ ਆ ਚਲੋ ਹੋਏ ਕੰਮ ਹੋ ਗਿਆ ਕੀ ਲੱਗਦਾ ਸਾਨੂੰ ਤਾਂ ਪਤਾ ਕੀ ਹੋਣਾ ਬਾਜਾ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਪਤਾ ਨਹੀਂ ਮੁਸ਼ਕਲ 'ਚ ਫਸ ਗਿਆ ਥੋੜਾ ਜਿਹਾ ਟੈਨਸ਼ਨ ਲਵੇਗਾ ਹੁਣ ਕੰਮ ਖਰਾਬ ਹੀ ਹੋਣਾ ਚਲੋ ਵੇਖੀਏ ਫਿਰ ਅਗਲਾ ਪਾਰਟ ਚਲੋ ਅਗਲਾ ਪਾਰਟ ਚਲੋ ਜੀ ਅਗਲਾ ਪਾਰਟ ਵੇਖਣੇ ਆ ਫਿਰ ਤੁਹਾਡਾ ਟਵਿਸਟ ਨਹੀਂ ਖਰਾਬ ਕਰਦੇ